ਲਾਹੌਰ ਦੇ ਲਾਗੇ ਇੱਕ ਘੁੱਗ ਵੱਸਦੇ ਪਿੰਡ ਵਿੱਚ ਇੱਕ ਗਰੀਬ ਵਿਧਵਾ ਬੁੱਢੜੀ ਮਾਤਾ ਰਹਿ ਰਹੀ ਹੈ ਔਰ ਉਸ ਦਾ ਇਕਲੌਤਾ ਪੁੱਤਰ ਰਹਿ ਰਿਹਾ। ਉਸ ਇਕਲੌਤੇ ਪੁੱਤਰ ਨੇ ਜਵਾਨੀ ਵਿੱਚ ਪੈਰ ਰੱਖਿਆ ਹੈ, ਉਹਨੇ ਪੰਜਾਬ ਦੇ ਚੜ੍ਹਦੇ ਔਰ ਲਹਿੰਦੇ ਸਾਰੇ ਪਰਛਾਵਿਆਂ ਨੂੰ ਤੱਕਿਆ ਹੈ। ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਂਡ ਹੇਠ ਸਿੱਖ ਜਰਨੈਲਾਂ ਨੇ ਸਮਾਣੇ, ਸੰਢੌਰੇ, ਕਪੂਰੀ ਔਰ ਛੱਤ ਬਨੂੜ ਦੇ ਵਿੱਚ ਜ਼ਾਲਮਾਂ ਨੂੰ ਸੋਧਿਆ ਹੈ। ਖਾਲਸੇ ਦੀ ਅੱਖ ਸਰਹੰਦ ਉੱਤੇ ਇੱਟ ਨਾਲ ਇੱਟ ਖੜਕਾਉਣ ਲਈ ਤਾਕ ਵਿੱਚ ਬੈਠੇ ਨੇ ਖਾਲਸੇ। ਉਸ ਨੌਜਵਾਨ ਦੇ ਖੂਨ ਨੇ ਉਬਾਲਾ ਖਾਧਾ, ਉਸ ਨੇ ਆਪਣੀ ਤੇਗ ਚੁੱਕ ਕੇ ਜ਼ਾਲਮਾਂ ਨੂੰ ਸੋਧਣ ਵਾਸਤੇ ਖਾਲਸੇ ਦੀ ਫੌਜ ਵਿੱਚ ਸ਼ਮੂਲੀਅਤ ਕਰਨ ਵਾਸਤੇ ਘਰੋਂ ਤੁਰਨ ਦੀ ਤਿਆਰੀ ਕੀਤੀ ਹੈ, ਪਰ ਉਹਦੀ ਵਿਧਵਾ ਮਾਤਾ ਦੇ ਕਹਿਣ 'ਤੇ ਘਰ ਦੀਆਂ ਮਜਬੂਰੀਆਂ ਦੇ ਬੱਸ ਹੋ ਕੇ ਉਹ ਖਾਲਸਾ ਕੌਮ ਵਿੱਚ ਸ਼ਾਮਿਲ ਹੋਣ ਤੋਂ ਵਾਂਝਾ ਰਹਿ ਗਿਆ। ਉਸ ਦੀ ਮਾਤਾ ਨੇ ਉਹਦਾ ਵਿਆਹ ਬੰਨ ਦਿੱਤਾ। ਦੂਸਰੇ ਪਾਸੇ ਬਾਬਾ ਬੰਦਾ ਸਿੰਘ ਬਹਾਦਰ ਉਹ ਅਨੇਕਾਂ ਜੰਗਾਂ ਜਿੱਤਣ ਤੋਂ ਬਾਅਦ ਗੁਰਦਾਸ ਨੰਗਲ ਦੀ ਗੜੀ ਵਿੱਚ ਜ਼ਾਲਮਾਂ ਨੇ ਗ੍ਰਿਫਤਾਰ ਕਰ ਲਿਆ ਗਿਆ। ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕਰਕੇ ਲਾਹੌਰ ਲਿਜਾਇਆ ਜਾ ਰਿਹਾ ਔਰ ਉਹ ਸਿੱਖ ਬੱਚੇ ਦੀ ਬਰਾਤ ਪਿੰਡੋਂ ਵਿਆਹਣ ਵਾਸਤੇ ਤੁਰੀ ਹੈ। ਬਾਬਾ ਬੰਦਾ ਸਿੰਘ ਬਹਾਦਰ ਨੂੰ ਲਾਹੌਰ ਤੋਂ ਦਿੱਲੀ ਦਰਬਾਰ ਦੇ ਵਿੱਚ ਫਰਕਸ਼ੀਅਰ ਦੀ ਅਦਾਲਤ ਵਿੱਚ ਪੇਸ਼ ਕਰਨ ਵਾਸਤੇ ਜ਼ਕਰੀਆ ਖਾਨ ਦੀ ਕਮਾਂਡ ਹੇਠ ਇੱਕ ਜਲੂਸ ਦੀ ਸ਼ਕਲ ਵਿੱਚ ਤੋਰਿਆ ਜਾ ਰਿਹਾ। ਉਹ ਸਿੱਖ ਨੌਜਵਾਨ ਆਪਣੀ ਵਹੁਟੀ ਨੂੰ ਨਾਲ ਲੈ ਕੇ ਬਰਾਤ ਨੂੰ ਵਾਪਸ ਲੈ ਕੇ ਆਪਣੇ ਪਿੰਡ ਵੱਲ ਆ ਰਿਹਾ ਹੈ। ਜ਼ਕਰੀਆ ਖਾਨ ਨੇ ਆਪਣੇ ਪਿਤਾ ਲਾਹੌਰ ਦੇ ਗਵਰਨਰ ਅਬਦੁੱਲ ਸਮਸ ਖਾਨ ਨੂੰ ਆਖਿਆ ਕਿ ਇਹ ਪਿਤਾ ਜੀ, ਜਿੱਥੇ ਅਸੀਂ ਫਰਕਸ਼ੀਅਰ ਦੀ ਅਦਾਲਤ ਵਿੱਚ ਜਾ ਕੇ ਮਾਣ ਸਨਮਾਨ ਹਾਸਲ ਕਰਾਂਗੇ, ਉੱਥੇ ਸਾਨੂੰ ਲਾਹਨਤਾਂ ਵੀ ਪੈਣਗੀਆਂ ਕਿ ਸਿੰਘਾਂ ਦੀ ਇਤਨੀ ਥੋੜ੍ਹੀ ਫੌਜ ਨਾਲ ਲੜਨ ਵਾਸਤੇ ਤੁਸੀਂ ਸ਼ਾਹੀ ਫੌਜ ਦਾ ਇਤਨਾ ਨੁਕਸਾਨ ਆਰਥਿਕ ਔਰ ਜਾਨੀ ਕਰਾ ਦਿੱਤਾ, ਕਿਉਂ ਨਾ ਇਹ ਗ੍ਰਿਫਤਾਰ ਸਿੰਘਾਂ ਦੀ ਗਿਣਤੀ ਵਧਾਉਣ ਵਾਸਤੇ ਪਿੰਡਾਂ ਦੇ ਵਿੱਚੋਂ ਹੋਰ ਸਿੱਖਾਂ ਨੂੰ ਜਾਂ ਸਿੱਖਾਂ ਨਾਲ ਮਿਲਦੀ ਸ਼ਕਲ ਵਾਲੇ ਮਨੁੱਖਾਂ ਨੂੰ ਫੜ ਫੜ ਕੇ ਇਸ ਜਲੂਸ ਦੇ ਵਿੱਚ ਸ਼ਾਮਿਲ ਕੀਤਾ ਜਾਵੇ। ਸ਼ਾਹੀ ਫੌਜਾਂ ਦੇ ਕਹਿਣ 'ਤੇ, ਫਰਮਾਨ ਸੁਣਨ 'ਤੇ ਜਿਹੜੇ ਸਿਪਾਹੀ ਸਨ ਉਹ ਪਿੰਡਾਂ ਵਿੱਚ ਸਿੱਖਾਂ ਦੀ ਭਾਲ ਵਾਸਤੇ ਨਿਕਲ ਤੁਰੇ ਨੇ। ਉਹ ਨੌਜਵਾਨ ਜਦੋਂ ਬਰਾਤ ਲੈ ਕੇ ਆਪਣੀ ਵਹੁਟੀ ਨੂੰ ਵਾਪਸ ਲੈ ਕੇ ਆਪਣੇ ਪਿੰਡ ਦੀ ਦੂਹ ਵਿੱਚ ਆਇਆ ਤਾਂ ਸ਼ਾਹੀ ਫੌਜਾਂ ਨੇ ਉਸ ਨੂੰ ਘੇਰ ਲਿਆ। ਉਸ ਨੌਜਵਾਨ ਦਾ ਹੱਥ ਆਪਣੇ ਕਿਰਪਾਨ ਦੇ ਮੁੱਠੇ 'ਤੇ ਗਿਆ, ਪਰ ਕਿਰਪਾਨ ਮਿਆਨ ਵਿੱਚ ਕੱਢਣ ਤੋਂ ਪਹਿਲਾਂ ਹੀ ਉਹ ਸ਼ਾਹੀ ਫੌਜਾਂ ਗ੍ਰਿਫਤਾਰ ਕਰਕੇ ਉਸ ਨੂੰ ਜਿਸ ਜਲੂਸ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਲਾਹੌਰ ਤੋਂ ਦਿੱਲੀ ਵੱਲ ਲਿਜਾਇਆ ਜਾ ਰਿਹਾ ਸੀ ਉਸ ਵਿੱਚ ਸ਼ਮੂਲੀਅਤ ਕਰਨ ਵਾਸਤੇ ਲੈ ਤੁਰੀਆਂ ਨੇ। ਉਹਨਾਂ ਪੰਥ ਦਰਦੀਆਂ ਨੇ ਬਰਾਤ ਵਿੱਚੋਂ ਭੱਜ ਕੇ ਉਸ ਬੁੱਢੜੀ ਮਾਤਾ ਨੂੰ, ਜਿਹੜੀ ਆਪਣੀ ਨੂੰਹ ਰਾਣੀ ਦੇ ਘਰ ਵਿੱਚ ਆਉਣ ਦੀਆਂ ਖੁਸ਼ੀਆਂ ਦੇ ਅੰਦਰ ਫੁੱਲੀ ਨਹੀਂ ਸਮਾਈ ਜਾ ਰਹੀ ਸੀ ਔਰ ਪਾਣੀ ਵਾਰਨ ਦੀ ਤਿਆਰੀ ਕਰ ਰਹੀ ਸੀ, ਉਹ ਪੰਥ ਦਰਦੀ ਜਿਵੇਂ ਉਸ ਬੁੱਢੜੀ ਮਾਂ ਨੂੰ ਜਾ ਕੇ
ਉਸ ਦੇ ਪੁੱਤਰ ਦੇ ਹਾਲਾਤ ਦੱਸਦਾ। ਉਹਨਾਂ ਲੈਣਾਂ ਨੂੰ ਢਾਡੀ ਜਥਾ ਸਿੱਖ ਸੰਗਤਾਂ ਦੀ ਸੇਵਾ ਵਿੱਚ ਇੰਜ ਕਹਿ ਰਿਹਾ ਜੀ। ਮੁਗਲ ਫੌਜ ਜੋ ਆਈ ਦਿੱਲੀਓ ਸੀ ਸਿੰਘਾਂ ਤੇ ਚੜ ਕੇ ਮਾਂ ਤੇਰੇ